ਅਸਲਾਮ ਅਲੈਕਮ ਸਿਆਸੀ ਡੇਰਾ ਤੇ ਖੁਸ਼ ਆਮਦੇਦ ਹਜ਼ੂਰ ਸਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ فرمਾਈ ਤੇ ਮਿਠਾ ਜੀ ਵਡੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਿਆ ਇਸ ਤੋਂ ਪਹਿਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਪਾਂਡੇ ਜੀ ਜਿਹੜੇ ਨੇ ਉਹ ਆਪਣੀਆਂ ਹਿਸਾਬ ਕਿਤਾਬ ਜਿਹੜਾ ਉਹ ਕਰਦੇ ਸੀ ਵੱਡੀ ਖਬਰ ਜਿਹੜੀ ਅਸੀਂ ਇਸ ਤੋਂ ਪਹਿਲੇ ਤੁਹਾਡੇ ਸਾਹਮਣੇ ਰੱਖੀ ਔਰ ਸਾਰੇ ਸਾਥਕਾਂ ਔਰ ਜੇਲ ਦੇ ਵਿੱਚ ਕੀ ਹਾਲਾਤੋ ਵਾਕਿਆਤ ਨੇ ਪਾਂਡੇ ਜੀ ਦੇ ਔਰ ਕੋਈ ਸੂਰਤ ਨਜ਼ਰ ਨਹੀਂ ਆਂਦੀ ਸੁਪਰੀਮ ਕੋਰਟ ਨੇ ਮਨਸੂਬਾ ਨਕਾਮ ਬਣਾ ਦਿੱਤਾ ਪਾਂਡੇ ਜੀ ਦਾ ਜਿਹੜਾ ਉਹ ਇਲੈਕਸ਼ਨ ਰਕਵਾਨ ਦਾ ਸਾਰਾ ਸਾਥਕਤਾਬ ਕਰ ਰਹੇ ਸੀ ਔਰ ਸ਼ੇਰ ਅਫਸਲ ਮਰਵਤ ਨੂੰ ਕੁਰਬਾਨੀ ਦਾ ਬੱਕਰਾ ਬਣਾਇਆ ਔਰ ਉਹ ਇਸ ਵਕਤ ਕੋਰਟ ਲਖਪਤ ਜੇਲ ਦੇ ਵਿੱਚ ਬਾਹ ਬਾਹ ਕਰਦਾ ਪਿਆ ਕਿ ਮੈਨੂੰ ਕਿਸੇ ਤਰੀਕੇ ਇਹ ਵਾਪਸ ਪੁੰਚਾ ਦੇ ਹੋ اسلامਾਬਾਦ ਮੈਂ ਜ਼ਿੰਦਗੀ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਨਾ ਉਹ ਦਾਖਲ ਨਹੀਂ ਹੋਵਾਂਗਾ ਇਹ ਸੱਤ ਗੱਲ ਜਿਹੜੀ ਹੈ ਉਹ ਵਿਗੜ ਗਈ ਹੈ ਔਰ ਇਹਦੇ ਨਾਲ ਨਾਲ ਬੜੀਆਂ ਖਬਰਾਂ ਨੇ ਬੜੇ ਤਹਿਲਕੇ ਨੇ ਤੁਹਾਡੇ ਆਸਤੇ ਮੈਂ ਲੈ ਕੇ ਹਾਜ਼ਰ ਹੋਇਆ ਔਰ ਯਕੀਨ ਕਰੋ ਕਿ ਇਹ ਹੁਣ ਕਿੰਨੇ ਦਿਨ ਰਹਿ ਗਏ ਨੇ ਨਵੇਂ ਸਾਲ ਦੇ ਚ ਕੋਈ 2 ਹਫ਼ਤੇ ਰਹਿ ਗਏ ਨੇ ਇਹਨਾਂ ਦੋ ਹਫ਼ਤਿਆਂ ਦੇ ਵਿੱਚ ਬੜਾ ਕੁਝ ਹੋਣਾ ਇਹ ਵੀ ਅਸੀਂ ਤੁਹਾਨੂੰ ਦੱਸਾਂਗੇ ਕੀ ਕੀ ਹੋਣਾ ਹੈ ਔਰ ਬੜੇ ਬੜੇ ਲੋਕ ਸਜੇ ਖੱਬੇ ਜਿਹੜੇ ਨੇ ਉਹ ਵੀ ਜਾ ਰਹੇ ਨੇ ਕੋਈ ਪਾਰਟੀ ਚ ਆ ਰਿਹਾ ਕੋਈ ਜਾ ਰਿਹਾ ਕੋਈ ਆਪਣਾ ਸਾੜ ਫੂਕ ਰਿਹਾ ਕੋਈ ਕਿਸੇ ਦੇ ਕਈ ਰੌਲੇ ਨੇ ਕਈ ਚੱਕਰ ਨੇ ਕਈ ਮਸਲੇ ਨੇ ਕਈ ਮਸਾਇਲ ਨੇ ਤੇ ਇਹ ਮੈਂ ਸਾਰਾ ਕੁਝ ਤੁਹਾਡੇ ਸਾਹਮਣੇ ਲੈ ਕੇ ਜਿਹੜਾ ਨਾ ਇਹ ਹਾਜ਼ਰ ਹੋ ਚੁੱਕੇ ਆ ਇਸ ਤੋਂ ਪਹਿਲੇ ਅਸੀਂ ਅੱਗੇ ਚਲੀਏ ਤੁਹਾਡੇ ਅਗੇ ਗੁਜ਼ਾਰਿਸ਼ ਇਹ ਹੁੰਦੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਅੱਗੇ ਤੁਸੀਂ ਇਹਨੂੰ ਟੋਰ ਦਿਆ ਕਰੋ ਖਬਰਾਂ ਜਿਹੜੀਆਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਆ ਓਵਰ ਸੀਜ਼ ਯੁਥੀਆਂ ਨੂੰ ਤਲਾਕ ਨਿਆਜ਼ੀ ਦਾ ਵੱਡਾ ਐਲਾਨ ਇਹ ਕੀ ਮਾਮਲਾ ਇਹ ਮੈਂ ਤੁਹਾਡੇ ਸਾਹਮਣੇ ਰੱਖਣਾ ਹੈ ਬਹੁਤ ਵੱਡੀ ਖਬਰ ਵਜ਼ੀਰ-ਏ-داਖਲਾ ਦਾ ਅਸਤੀਫਾ ਤੇ شاہਦ ਖਾਕਾਨ ਖਾਕਾਨ ਅਬਾਸੀ ਨੂਨ ਲੀਗ ਛੱਡ ਗਏ ਇਹ ਕੀ ਮਾਮਲਾ ਇਹ ਦੱਸਨੇ ਫੈਜ਼ ਅਮੀਦ ਦਾ ਬਿਆਨ ਰਾਜਨਪੁਰ ਤੋਂ ਪੀਟੀਆਈ ਦਾ ਸਫਾਇਆ ਤੇ ਹਮਾਈਉ ਅਖਤਰ ਖਾਨ ਇਹ ਕੀ ਮਾਮਲਾ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਮੈਂ ਰੱਖਣਾ ਚਾਹਨਾ ਪਹਿਲੀ ਖਬਰ ਤੇ ਆਜੋ ਵੱਡੀ ਖਬਰ ਹੈ ਤੇ ਵੱਡਾ ਤਲਾਕ ਆਵਰਸੀਜ਼ ਯੁਥੀਆਂ ਨੂੰ ਤਲਾਕ ਤੇ ਨਿਆਜ਼ੀ ਦਾ ਵੱਡਾ ਐਲਾਨ ਇਹ ਹੁਣ ਇਹ ਨਿਆਜ਼ੀ ਜਿਹੜਾ ਇਹ ਆਵਰਸੀਜ਼ ਯੁਥੀਆਂ ਦੇ ਉੱਤੇ ਹੀ ਤੇ ਇਹ ਪਲਦਾ ਵੀ ਸੀ ਤੇ ਉਹਨਾਂ ਦੇ ਸਿਰ ਤੇ ਇਹ ਰੌਲਾ ਸਾਰਾ ਪਾ ਰਿਆ ਸੀ ਤੇ ਉਹਨਾਂ ਨੇ ਹੀ ਇਹਨੂੰ ਮਰਵਾਇਆ। ਮਤਲਬ ਹੈ ਮਤਲਬ ਹੈ ਤੁਸੀਂ ਜ਼ਰੀ ਗੱਲ ਹੈ ਜਿਹਦਾ ਤੁਸੀਂ ਖਾਂਦੇ ਹੋ ਉਹਦੇ ਹੀ ਤੁਸੀਂ ਗੁਣ ਗਾਣੇ ਹੁੰਦੇ ਨੇ ਨਾ। ਤੇ ਇਹ ਨਿਆਜ਼ੀ ਜਿਹੜਾ ਇਹ ਪਿਛਲੇ ਕਈ ਸਾਲਾਂ ਤੋਂ ਓਵਰ ਸੀਜ਼ ਦੇ ਵਿੱਚ ਜਿਹੜੇ ਮੁਲਕ ਦੁਸ਼ਮਣ ਯੂਥੀਏ ਬੈਠੇ ਨੇ ਉਹਨਾਂ ਦੀ ਜਿਹੜੀ ਨਾਜਾਇਜ਼ ਕਮਾਈ ਹੈ ਉਹੀ ਤੇ ਖਾ ਰਿਆ ਸੀ। ਔਰ ਉਹਨਾਂ ਦੀ ਗੁਣ ਗਾ ਰਿਆ ਸੀ। ਔਰ ਫਿਰ 80 ਲੱਖ ਜਿਹੜਾ ਬੰਦਾ ਉਹ ਕਲੇਮ ਕਰਦਾ ਹੈ ਕਿ ਬਾਹਰ ਦੇ ਮੁਲਕਾਂ 'ਚ ਰਹਿੰਦਾ ਉਹਨਾਂ ਦੇ ਵੋਟ ਬਣਵਾਏ ਇੱਕ ਸਾਫਟਵੇਅਰ ਖਰੀਦਿਆ ਉਹਦੇ ਵਿੱਚ ਉਹਨਾਂ ਨੂੰ ਪਾਇਆ ਕਿ ਅਗਲੇ 50 30 ਸਾਲ ਅਸੀਂ ਇਹਨਾਂ ਦੇ ਸਿਰ ਤੇ ਹਕੂਮਤ ਕਰਨੀ ਹੈ ਚਾਰ ਬੰਦੇ ਬਹਿਣ ਦੇ ਤੇ ਉਹ ਪਾਕਿਸਤਾਨ ਦੇ 150 ਹਲਕੇ ਜਿਹੜੇ ਨੇ ਕੌਮੀ ਅਸੈਂਬਲੀ ਦੇ ਉਹਨਾਂ ਦੇ ਵਿੱਚ ਬਹਿ ਕੇ 40 40 ਹਜ਼ਾਰ ਵੋਟ ਪਾਣ ਦੇ ਪਾ ਦੇਣ ਕਿ ਕੰਪਿਊਟਰ ਤੋਂ ਤੇ ਅਗਲੇ 50 30 ਸਾਲ ਜਿਹੜਾ ਉਹ ਸੀ ਹਕੂਮਤ ਕਰਨੀ ਠੀਕ ਹੋ ਗਿਆ ਨਾ ਔਰ ਅੱਜ ਮੈਂ ਸਮਝਾ ਬਈ ਇਹ ਜਿਸ ਹਾਲਤ ਦੇ ਵਿੱਚ ਨਿਆਜ਼ੀ ਪਹੁੰਚੇ ਐ ਇਹਦੇ ਵਿੱਚ ਜਿਹੜੇ ਇਹਦੇ ਇਹ ਯੂਥੀਅਨ ਇਹ ਮੁਲਕ ਦੁਸ਼ਮਣ ਇਹਨਾਂ ਦਾ ਬਹੁਤ ਵੱਡਾ ਹੱਥ ਹੈ ਚਲੋ ਉਹਦੇ ਆਪਣੇ ਕਰਤੂਤ ਵੀ ਬਹੁਤ ਗੰਦੇ ਨੇ ਉਹਨੇ ਪਾਕਿਸਤਾਨ ਤੇ ਹਮਲਾ ਕੀਤਾ ਫੌਜ ਤੇ ਹਮਲਾ ਕੀਤਾ ਬੜਾ ਬੜਾ ਖਾਤਾ ਜਿਹੜਾ ਪਾਕਿਸਤਾਨ ਦਾ ਉਹਨੇ ਗੋਲ ਕੀਤਾ ਪਾਕਿਸਤਾਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਔਰ ਇਹਦੇ ਪਿੱਛੇ ਜਿਹੜਾ ਇਸ਼ਤਿਆਲ ਹੈ ਔਰ ਜਿਹੜੀ ਸ਼ਹਿਬਾਜ਼ੀ ਹੈ ਇਹ ਸਾਰੀ ਜਿਹੜੇ ਬਾਹਰ ਬੈਠੇ ਨੇ ਉਹਨਾਂ ਦੀ ਜ਼ਿਆਦਾਤਰ ਜਿਹੜੀ ਸ਼ਾਇਬਾਜ਼ੀ ਹੈ ਇਹ ਉਹਨਾਂ ਦੀ ਇਸ਼ਤਿਆਲ ਇਹਨਾਂ ਤੋਂ ਆਇਆ ਹੈ ਜਿਹੜੇ ਉਹਨੂੰ ਖਵਾਂਦੇ ਪਿਆਂਦੇ ਸੀ ਠੀਕ ਹੋ ਗਿਆ ਨਾ ਤੇ ਉਹ ਤੁਹਾਨੂੰ ਪਤਾ ਹੈ ਕਿ ਸਾਰੀ ਉਮਰ ਉਹਨੇ ਹਲਾਲ ਦੀ ਨਹੀਂ ਖਾਦੀ ਨਾ ਕਦੀ ਕਮਾ ਕੇ ਖਾਦੀ ਨਾ ਹਲਾਲ ਦੀ ਖਾਦੀ ਜਦੋਂ ਵੀ ਖਾਦਾ ਉਹ ਜਿਵੇਂ ਉਹ ਸ਼ੀਦਾ ਟੱਲੀ ਆਂਦੇ ਵਾ ਜਦੋਂ ਵੀ ਖਾਦੇ ਹਰਾਮ ਦਾ ਖਾਦਾ ਠੀਕ ਹੋ ਗਿਆ ਨਾ ਜੀ ਇਹ ਹੁਣ ਅਚਾਨਕ ਨਿਆਜ਼ੀ ਜਿਹੜਾ ਇਹਨੇ ਓਵਰ ਸੀ ਯੂਥੀਆਂ ਨੂੰ ਤਲਾਕ ਦੇ ਦਿੱਤੀ ਹੈ ਇਹ ਹੁਣ ਨਵਾਂ ਜਿਹੜਾ ਚੇਅਰਮੈਨ ਬਣਿਆ ਉਹ ਗੌਰ ਅਲੀ ਖਾਨ ਉਨੇ ਕੋਰ ਕਮੇਟੀ ਦਾ اجلاس ਜਿਹੜਾ ਉਹ ਬੁਲਾਇਆ Imran Khan ਦੇ ਕਹਿਣ ਤੇ اجلاس ਦੇ ਵਿੱਚ ਦੋ ਬੰਦੇ ਸ਼ਰਕਤ ਹੋਏ ਕੀਤੀ ਚਾਰ ਕੀਤੀ ਦਸਾਂ ਕੀਤੀ ਇਸ ਗੱਲ ਦਾ ਕੋਈ ਪਤਾ ਨਹੀਂ ਉਹ ਸਿਰਫ ਜਿਹੜਾ ਉਹਨਾਂ ਨੇ ਇਲਾਮੀਆਂ ਜਾਰੀ ਕੀਤਾ ਕੋਰ ਕਮੇਟੀ ਦੇ اجلاس ਦਾ ਉਹ ਮੈਂ ਤੁਹਾਡੇ ਸਾਹਮਣੇ ਰੱਖਣਾ ਉਹਦੇ ਵਿੱਚ ਤਕਰੀਬਨ ਇਲੈਕਸ਼ਨ ਦੇ ਬਾਈਕਾਟ ਦਾ ਐਲਾਨ ਉਹਨਾਂ ਨੇ ਕਰ ਦਿੱਤਾ ਹੈ ਕਿ ਅਸੀਂ ਮਤਲਬ ਉਹਨਾਂ ਇਲੈਕਸ਼ਨ ਲੜਨਾ ਕਿੱਥੇ ਜਿਸ ਪਾਰਟੀ ਨੇ ਪਾਕਿਸਤਾਨ ਤੇ ਹਮਲਾ ਕੀਤਾ ਹੈ ਪਾਕਿਸਤਾਨ ਦੀ ਫੌਜ ਤੇ ਹਮਲਾ ਕੀਤਾ ਹੈ ਉਹਦਾ ਪਾਕਿਸਤਾਨ ਦੇ ਇਲੈਕਸ਼ਨ ਨਾਲ ਕੀ ਤਲਕ ਉਹ ਜਾ ਕੇ ਇੰਡੀਆ ਚ ਇਲੈਕਸ਼ਨ ਲੜ ਮਤਲਬ ਸੋਚਣ ਵਾਲੀ ਗੱਲ ਹੈ ਨਾ ਮਿੱਠਾ ਜੀ ਇਹ ਜਦੋਂ ਤੁਸੀਂ ਪਾਕ ਫੌਜ ਤੇ ਹਮਲਾ ਕਰ ਲਿਆ ਪਾਕਿਸਤਾਨ ਤੇ ਹਮਲਾ ਕਰ ਲਿਆ ਉਹਦੀ ਇੱਟ ਨਾਲ ਇੱਟ ਵਜਾ ਦਿੱਤੀ ਉਹ ਤੇ ਹਾਫਿਜ਼ ਸਾਹਿਬ ਦੀ ਮਿਹਰਬਾਨੀ ਔਰ ਸਾਡੇ ਜਿਹੜੇ ਮਿੱਠੇ ਜਰਨੈਲ ਨੇ ਮਿੱਠੇ ਫੌਜੀ ਜਿਹੜੇ ਨੇ ਸਾਰੇ ਇਕੱਠੇ ਹੋ ਕੇ ਤੇ ਉਹਨਾਂ ਨੇ ਇਹ ਹਮਲਾ ਰੋਕ ਦਿੱਤਾ ਔਰ ਕਾਬੂ ਪਾ ਲਿਆ ਠੀਕ ਹੈ ਨਾ ਜੀ ورਨਾ ਤੇ ਹਰਸ਼ਾ ਟੁੱਟ ਪਜ ਗਈ ਸੀ ورਨਾ ਤੇ ਅੱਜ ਪਾਕਿਸਤਾਨ ਦੇ ਵਿੱਚ ਪਤਾ ਨਹੀਂ ਕੀ ਕੀ ਹੋ ਚੁੱਕਿਆ ਹੁੰਦਾ ਆ ਜੋ ਅਫਗਾਨਿਸਤਾਨ ਦੇ ਹਾਲਾਤ ਨੇ ਉਹ ਹੀ ਹੋ ਚੁੱਕੇ ਹੁੰਦਾ ਬਈ ਹਰਸ਼ਾ ਤਿੱਤਰ-ਬਿੱਤਰ ਹੋ ਚੁੱਕੀ ਹੁੰਦੀ ਉਹਨੇ ਤੇ ਆਪਣਾ ਵਾਰ ਕਰ ਦਿੱਤਾ ਉਹ ਤੇ ਹਾਫਿਜ਼ ਸਾਹਿਬ ਦੀ ਮਿਹਰਬਾਨੀ ਜਿਨ੍ਹਾਂ ਨੇ ਮੁਲਕ ਨੂੰ ਬਚਾ ਲਿਆ ਫੌਜ ਨੂੰ ਬਚਾ ਲਿਆ ਐਟਮੀ ਪ੍ਰੋਗਰਾਮ ਬਚਾ ਲਿਆ ਮੁਲਕੀ ਸਲਾਮਤੀ ਜਿਹੜੀ ਹੈ ਉਹ ਉਹਨੂੰ ਕੁੰਝ ਲਿਆ 8 ਵਾਰ ਖੇਡ ਚੁੱਕਿਆ ਸੀ ਠੀਕ ਹੋ ਗਿਆ ਨਾ ਏ ਹੁਣ ਜਿਹੜਾ ਹੈ ਇਹ ਕੋਰ ਕਮੇਟੀ ਜਿਹੜੀ ਆ ਇਹ ਐਲਾਨ ਕਰਦੀ ਹੈ Imran Khan ਦੇ ਕਹਿਣ ਦੇ ਉੱਤੇ ਕਿ ওভারਸੀਜ਼ ਯੂਥ ਇਹ ਜਿਹੜੇ ਨੇ ਉਹਨਾਂ ਦਾ ਸਾਡੇ ਨਾਲ ਕੋਈ ਤਲਕ ਵਸਤਾ ਨਹੀਂ ਇਹ ਬਹੁਤ ਵੱਡਾ ਐਲਾਨ ਕਿਉਂਕਿ ਪਿਛਲੇ 1.5 ਸਾਲ ਤੋਂ ਇਹ ਜਿਹੜਾ ਯੂਥ ਆ ਬਾਹਰ ਬੈਠਾ ਔਰ ਖਾਸ ਤੌਰ ਤੇ ਜਿਹੜਾ ਇਹ ਸੋਸ਼ਲ ਮੀਡੀਆ ਤੇ ਬੈਠਾ ਹੈ ਇਹਨਾਂ ਨੇ ਜਿੰਨੀ ਕੁ ਪਾਕਿਸਤਾਨ ਔਰ ਪਾਕ ਫੌਜ ਦੇ ਖਿਲਾਫ ਮੁਹਿੰਮ ਕੀਤੀ ਹੈ ਇੰਨੀ ਭਾਰਤ ਨੇ ਅਜ ਤੱਕ ਨਹੀਂ ਕੀਤੀ ਏ ਮੈਂ ਇਹ ਵੀ ਮੈਂ ਤਾਂ ਦੱਸਾਂ ਇੰਨੀ ਉਹਨਾਂ ਨੇ ਕਦੀ ਨਹੀਂ ਕੀਤੀ ਜਿੰਨੀ ਇਹਨਾਂ ਕੀਤੀ ਹੈ ਹੁਣ ਇਹਦੇ ਵਿੱਚ ਇਹ ਫਰਮਾਂਦੇ ਨੇ ਆਪਣੇ ਅਲਾਮੀਆਂ ਦੇ ਵਿੱਚ ਕੋਰ ਕਮੇਟੀ ਦੇ ਅਲਾਮੀਆਂ ਦੇ ਵਿੱਚ ਇਹ ਫਰਮਾਂਦੇ ਨੇ ਕਿ ਜਿੰਨੇ ਵੀ ਯੂਥ ਇਹ ਬਾਹਰ ਬੈਠੇ ਨੇ ਜਿਹਦੇ ਵਿੱਚੋਂ ਆਦਲ ਰਾਜਾ ਹੋ ਗਿਆ ਸਾਰਾ ਮੀਰ ਹੋ ਗਈ ਵਕਾਰ ਮਲਕ ਹੋ ਗਿਆ ਸ਼ਹਾਬੁੱਦੀਨ ਹੋ ਗਿਆ ਸੁਲਮਾਨ আহমেদ ਜਿਹੜਾ ਅਮਰੀਕਾ ਚ ਹੁੰਦਾ ਹੈ ਉਹ ਸਿੰਗਰ ਹੈਦਰ ਮੈਦੀ ਕੈਨੇਡਾ ਵਾਲਾ ਮੋਇਦ ਪੀਰ ਜ਼ਾਦਾ ਸ਼ਬਾਜ਼ ਗਿੱਲ ਔਰ ਜਿੰਨੇ ਵੀ ਯੂਥ ਇਹ ਅਮਰੀਕਾ, ਬਰਤਾਨੀਆ, ਯੂਰਪ, ਜਾਪਾਨ, ਆਸਟ੍ਰੇਲੀਆ ਜਿੱਥੇ-ਜਿੱਥੇ ਵੀ ਉਹ ਬੈਠੇ ਨੇ ਔਰ ਉਹ ਸੋਸ਼ਲ ਮੀਡੀਆ ਤੇ ਆ ਕੇ ਆਪਣੇ ਅਕਾਊਂਟਾਂ ਦੇ ذریے ਪਾਕਿਸਤਾਨ ਔਰ پاک ਫੌਜ ਦੇ ਖਿਲਾਫ ਜੰਗ ਲੜ ਰਹੇ ਨੇ ਉਹਨਾਂ ਦਾ ਸਾਡੇ ਨਾਲ ਕੋਈ ਤਲਕ ਵਸਤਾ ਨਹੀਂ ਇਹ Imran Khan ਦੇ 10ក្ត ਦੇ ਨਾਲ ਇੱਕ ਹੋਰ ਕਮੇਟੀ ਨੇ ਐਲਾਨ ਕੀਤਾ ਔਰ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ ਇਹ ਜਿੰਨੇ ਵੀ ਮੈਂ ਨਾਮ ਲੈਨੇ ਔਰ ਹੋਰ ਵੀ ਬਹੁਤ ਜ਼ਿਆਦਾ ਨੇ ਜਿਨ੍ਹਾਂ ਦੇ ਅਸੀਂ ਇਹ ਹੁਣ ਸੈਂਕੜਿਆਂ ਦੇ ਹਸਾਬ ਤੇ ਨੇ ਅਦਾਰਿਆਂ ਦੇ ਕੋਲ ਅਸੀਂ ਇਹਨਾਂ ਦੇ ਹੁਣ ਕਿਦੇ ਕਿਦੇ ਨਾਮ ਲਈਏ ਯਾਨੀ ਕਿ ਜਿੱਥੇ-ਜਿੱਥੇ ਵੀ ਕੋਈ ਬੈਠਾ ਹੈ ਚਾਹੇ ਕੋਈ ਯੂਰਪ ਵਿੱਚ ਬੈਠਾ ਹੈ ਸਪੇਨ ਵਿੱਚ ਬੈਠਾ ਹੈ ਔਰ ਉਹ ਆਪਣੀ ਟਿਕਟਾਕ ਤੇ ਆ ਕੇ ਜਾਂ YouTube ਤੇ ਆ ਕੇ ਜਾਂ ਜਿੱਥੇ ਵੀ ਆ ਕੇ ਕਿਉਂਕਿ ਜਿਹੜੇ ਜੈਲੀ ਅਕਾਊਂਟ ਨੇ ਉਹ ਤੇ ਚਲੋ ਇੱਕ ਹੋਰ ਖਾਤਾ ਹੈ ਉਹਨੂੰ ਤੇ ਤੁਸੀਂ ਛੱਡੋ ਇਹ ਜਿਹੜੇ ਅਸਲ ਆਪਣੀਆਂ ਨਾਵਾਂ ਤੋਂ ਆ ਕੇ ਆਪਣੀਆਂ ਵੀਡੀਓ ਬਣਾ ਕੇ ਆਪਣੇ ਅਕਾਊਂਟਾਂ ਤੋਂ ਸਾਰਾ ਕੁਝ ਕਰਦੇ ਨੇ ਜਿਹੜੇ ਅਸਲ ਨੇ ਉਹਨਾਂ ਦੇ ਬਾਰੇ ਉਹਨਾਂ ਗੱਲ ਕੀਤੀ ਕਿ ਇਹਨਾਂ ਦਾ ਸਾਡੇ ਨਾਲ ਕੋਈ ਤਲਕ ਵਸਤਾ ਨਹੀਂ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ ਇਹ ਜਿੰਨੇ ਮੈਂ ਨਾਮ ਤੁਹਾਡੇ ਲੈਣ ਇਹ ਤੁਹਾਡੇ ਸਾਹਮਣੇ ਲੈਣ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ ਇਹ ਮੁਲਕ ਦੁਸ਼ਮਣ ਨੇ ਇਹਨਾਂ ਨੂੰ ਨਿਆਜ਼ੀ ਸਾਹਿਬ ਨੇ ਤਲਾਕ ਦੇ ਦਿੱਤੀ ਹੈ ਇਹ ਜਿਹੜੇ ਓਵਰਸੀਜ਼ ਯੂਥੀਅਨ ਨੇ ਇਹਦੇ ਚੋਂ ਬਰਤਾਨੀਆ 'ਚ ਵੀ ਕੋਈ 2 ਕੁ ਦਰਜਨ ਦੇ ਕਰੀਬ ਨੇ ਜਿਵੇਂ ਸਾਰਾ ਮੀਰ ਹੋ ਗਈ ਵਕਾਰ ਮਲਕਾ ਸ਼ਾਹਬੁੱਦੀਨ ਐ ਆਦਲ ਰਾਜਾ اور ਇਸ ਤਰ੍ਹਾਂ ਹੋਰ ਕੁਝ ਉਹਦੇ ਧਾਰ ਨੇ ਜਿਨ੍ਹਾਂ ਨੇ ਗੱਲਾਂ ਕੀਤੀਆਂ ਇਹ ਫੌਜ ਦੇ ਪਾਕਿਸਤਾਨ ਦੇ ਖਿਲਾਫ ਇਹ ਇਹਨਾਂ ਦੇ ਬਾਰੇ ਗੱਲ ਉਸ ਪਰ ਅਮਰੀਕਾ ਆਸਟ੍ਰੇਲੀਆ ਜਾਪਾਨ ਕੈਨੇਡਾ ਯੂਰਪ ਇਸ ਤਰ੍ਹਾਂ ਉਹਨਾਂ ਨੇ ਇਹ ਸਾਰਾ ਖਾਤ ਉਹਨਾਂ ਕਹੇ ਜੀ ਇਹਨਾਂ ਨੂੰ ਗ੍ਰਫਤਾਰ ਕੀਤਾ ਜਾਏ ਔਰ ਇਹਨਾਂ ਨੂੰ ਸਜ਼ਾ ਦਿੱਤੀ ਜਾਏ ਠੀਕ ਹੋ ਗਿਆ ਇਹ ਇਸ ਤੋਂ ਮੈਂ ਕਹਿ ਰਿਹਾ ਕਿ ਨਿਆਜ਼ੀ ਦਾ ਬਹੁਤ ਵੱਡਾ एलान ਹੈ ਇਹਨਾਂ ਯੁੱਥੀਆਂ ਦੇ ਖਿਲਾਫ ਜਿਹੜੇ ਪਾਕਿਸਤਾਨ ਦੇ ਖਿਲਾਫ ਮੂਹਮ ਸਾਜ਼ੀ ਕਰ ਰਹੇ ਨੇ ਤੇ ਬਹੁਤ ਵੱਡੀ ਇਹ ਤਬਦੀਲੀ ਹੈ ਤਖਨ ਸਾਹਿਬ ਇਹ ਪਹਿਲੇ ਦਿਨ ਹੀ ਤੁਹਾਨੂੰ ਸਮਝ ਲੈਣਾ ਚਾਹੀਦਾ ਸੀ ਵੀ ਇਹਨਾਂ ਹੀ ਤੁਹਾਨੂੰ ਮਰਵਾਣਾ ਹੁਣ ਤੁਸੀਂ ਜਦੋਂ ਫਸ ਗਏ ਤੇ ਹੁਣ ਕਹਿੰਦੇ ਹੋ ਕਿ ਇਹਨਾਂ ਨੂੰ ਫੜ ਲਓ ਬਹਰਲ ਉਹਨੇ ਇਹਨਾਂ ਨੂੰ ਤਲਾਕ ਜਿਹੜੀ ਉਹ ਦੇ ਦਿੱਤੀ ਅੱਗੇ ਜਨਾਬ ਤੁਸੀਂ ਆ ਜਾਓ ਵਜ਼ੀਰੇ ਦਾਖਲਾ ਦਾ ਅਸਤੀਫਾ ਤੇ ਸ਼ਾਹਦ ਖਕਾਨ ਅਬਾਸੀ ਨੂਨ ਲੀਗ ਛੱਡ ਗਏ ਇਹ ਹੁਣ ਵਜ਼ੀਰੇ ਦਾਖਲਾ ਸਾਹਿਬ ਸਾਡੇ ਵਫਾਕੀ ਜਿਹੜੇ ਨੇ ਸਰਫਰਾਜ਼ ਪੁਕਤੀ ਪੁਕਤੀ ਸਾਹਿਬ ਇਹ ਬੜਾ ਅੱਛਾ ਕੰਮ ਕਰ ਰਹੇ ਸੀ وزارت ਦਾਖਲਾ ਦੇ ਵਿੱਚ ਨਗਰਾਨ ਵਜ਼ੀਰੇ ਦਾਖਲਾ ਸੀ ਬਲੋਚਿਸਤਾਨ ਤੋਂ ਤਲਕ ਵੱਡੀ ਵੱਡਾ ਖਾਨਦਾਨ ਤੇ ਇਹ ਮਤਲਬ ਹੈ ਸਿਆਸੀ ਇਹਨਾਂ ਦੀਆਂ ਜਿਹੜੀਆਂ ਵਬਸਤੀਆਂ ਵਬਸਤਗੀਆਂ ਨੇ ਉਹ ਬਦਲਦੇ ਰਹਿੰਦੀਆਂ ਨੇ ਕਦੀ ਕਿਸੇ ਪਾਰਟੀ ਚ ਕਦੀ ਕਿਸੇ ਪਾਰਟੀ ਚ ਕਦੀ ਕਿਸੇ ਪਾਰਟੀ ਚ ਜ਼ੈਰੀ ਗੱਲ ਹੈ ਸਾਤਾ ਵੀ ਜੋ ਇਸ ਤਰ੍ਹਾਂ ਦਾ ਤੇ ਇਹਨਾਂ ਨੇ ਜਿਹੜਾ ਨਾ ਇਹ ਅਸਤੀਫਾ ਦੇ ਦਿੱਤਾ ਆਪਣੇ ਉਹਦੇ ਤੋਂ ਵਜ਼ਾਰਤ ਦੇ ਦਾਖਲਾ ਤੋਂ ਤੇ ਉਹਦੀ ਜਿਹੜੀ ਵਜ੍ਹਾ ਹੈ ਉਹ ਇਹ ਵੀ ਕਿ ਇਹ ਇنتਖਬਾਤ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ ਇਹ ਜਿਹੜੇ 8 ਫਰਵਰੀ ਨੂੰ ਇنتਖਬਾਤ ਹੋ ਰਹੇ ਨੇ ਇਹਦੇ ਵਿੱਚ ਇਹ بلوچستان ਤੋਂ ਜਿਹੜੀ ਇਹਨਾਂ ਦੀ ਅਵਾਈ ਸੀਟ ਹੈ ਅਵਾਈ ਹਲਕਾ ਉਹ ਇਹ ਖਾਲੀ ਨਹੀਂ ਛੱਡਣਾ ਚਾਹੁੰਦੇ ਤੇ ਇਸ ਵਾਸਤੇ ਇਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਔਰ ਲੱਗਦਾ ਇੰਜ ਹੀ ਇਹ ਪੀਪਲਸ ਪਾਰਟੀ ਦੇ ਵਿੱਚ ਜਾਂ ਸ਼ਾਮਲ ਹੋ ਚੁਕੇ ਨੇ ਔਰ ਜਾਂ ਇਹਨਾਂ ਨੇ ਹੋ ਜਾਣਾ ਹੈ ਜੋ ਇਸ ਵਕਤ ਦੀ ਸਾਡੇ ਕੋਲ ਇਤਲਾ ਹੈ ਤੇ ਸਰਫਰਾਜ਼ ਬੁਖਤੀ ਸਾਹਿਬ ਇਹਨੇ ਕੁਛ ਲੋਗ ਵੀ ਦਾਅਵਾ ਕਰ ਰਹੇ ਨੇ ਕਿ ਇਹਨਾਂ ਸੁਭਾਈ ਅਸੈਂਬਲੀ ਦਾ ਇਲੈਕਸ਼ਨ ਲੜਨਾ ਹੈ ਤੇ ਅਗੋਂ ਵਜ਼ਰਤ اعلی بلوچستان ਦੀ ਉਮੀਦਵਾਰੀ ਇਹਨਾਂ ਕੋਲ ਤਾਂ ਕੁਝ ਲੋਗ ਇਹ ਕਹਿੰਦੇ ਨੇ ਕਿ ਨਾ ਕੌਮੀ ਅਸੈਂਬਲੀ ਦਾ ਵੀ ਇਲੈਕਸ਼ਨ ਲੜਨਾ ਹੈ ਤੇ ਕੌਮੀ ਅਸੈਂਬਲੀ ਚ ਆਣਾ ਚਾਹੁੰਦੇ ਨੇ ਔਰ ਫਿਰ ਬਾਅਦ ਵਿੱਚੋਂ ਕਿਸੇ ਇਤਿਹਾਦ ਦਾ ਹਿੱਸਾ ਬਣ ਕੇ ਤੇ ਇਹ ਅਗਾ ਵਜ਼ਾਰਤ ਵਜ਼ਰਤ ਜਿਹੜੀ ਹੈ ਉਹ ਲਫੇਟਣਾ ਚਾਹੁੰਦੇ ਨੇ ਇਹ ਤੇ ਹੁਣ ਵਕਤ ਹੀ ਦੱਸੇਗਾ ਬਰ ਸਰਫਰਾਜ ਪੁਕਤੀ ਦਾ ਸਾਬ ਵਜ਼ੀਰ ਦਾਖਲਾ ਸਾਬ ਅਸਤੀਫਾ ਦੇ ਕੇ ਤੇ ਇਲੈਕਸ਼ਨ ਲੜਨ ਬਲੋਚਿਸਤਾਨ ਰਵਾਨਾ ਹੋ ਚੁੱਕੇ ਨੇ ਅੱਗੇ ਜਨਾਬ ਸ਼ਾਹਦ ਖਾਨ ਖਕਾਨਾ ਬਾਸੀ ਸਾਹਿਬ ਜਿਹੜੇ ਨੇ ਇਹ ਜਦੋਂ ਦੇ ਸ਼ਬਾਸ਼ ਸ਼ਰੀਫ ਸਾਹਿਬ ਨੂੰ ਵਜ਼ੀਰ ਆਜ਼ਮ ਬਣਾਇਆ ਗਿਆ ਇਮਰਾਨ ਖਾਨ ਨੂੰ ਕੱਢ ਕੇ ਤੇ ਉਦੋਂ ਇਹ ਵਜ਼ੀਰ ਆਜ਼ਮ ਬਣਨਾ ਚਾਹੁੰਦੇ ਸੀ ਔਰ ਇਹਨਾਂ ਨੇ ਬੜੀਆਂ ਸਫਾਰਸ਼ਾਂ ਵੀ ਕਰਾਈਆਂ ਔਰ ਤੋੜ ਬਾਜਵਾ ਸਾਹਿਬ ਤੱਕ ਵੀ ਇਹ ਖਬਰ ਹੈ ਕਿ ਉਹਨਾਂ ਨੇ ਵੀ ਕਿਹਾ ਜੀ ਇਹਨੂੰ ਬਣਾ ਦਿਓ ਲੇਕਿਨ ਉਹ ਪੀਡੀਐਮ ਨਾ ਮੰਨੀ ਔਰ ਸ਼ਾਹ ਅਬਾਸੀ ਸਾਹਿਬ ਜਿਹੜੇ ਨੇ ਉਹ ਫਿਰ ਉੱਥੋਂ ਤਿਲਕ ਕੇ ਤੇ ਸਾਈਡ ਤੇ ਹੋ ਗਿਆ ਉਹ ਦਿਨ ਤੇ ਆ ਦਿਨ ਸ਼ਾਇਦ ਖਕਾਨਾਬਾਸੀ ਸਾਹਿਬ ਨੂੰ ਉਹ ਦੁੱਖ ਜਿਹੜਾ ਉਹ ਲੈ ਕੇ ਜਿਹੜਾ ਨਾ ਉਹ ਬੈਠੇ ਨੇ ਕਿ ਹਾਂ ਜਾਂ ਮੈਨੂੰ ਉਹ 16 ਮਹੀਨੇ ਦਾ ਵਜ਼ੀਰ ਆਜ਼ਮ ਕਿਉਂ ਨਾ ਬਣਾਇਆ ਗਿਆ ਤੇ ਜ਼ੈਰੀ ਗਾਲੇ ਪੀਡੀਐਮ ਨੇ ਕਿਹਾ ਬਈ ਤੂੰ ਉਸ ਕਾਬਲ ਨਹੀਂ ਤੇ ਅਸੀਂ ਤਾਂ ਨਹੀਂ ਬਣਾਣਾ ਅਗੇ ਇੱਕ ਵਾਰ ਨਵਾਜ਼ ਸ਼ਿਵ ਸਾਹਿਬ ਨੇ ਤੇ ਇਹਨਾਂ ਨੂੰ ਝੂਠਾ ਦੇ ਦਿੱਤਾ ਨਾ وزارت ਉਸਮਾਨ ਦਾ ਤੇ بار بار ਤੇ ਉਹਨਾਂ ਸ਼ਾਹਦ ਸਾਹਿਬ ਨੇ ਨਾ ਮਿਲਦਾ ਇਸ ਤਰ੍ਹਾਂ ਤੇ ਨੀ ਨਾ ਹੋ ਸਕਦਾ ਤੇ ਇਸ ਵਾਸਤੇ ਇਹਨਾਂ ਦੇ ਬਾਰੇ ਵੀ ਖਬਰ ਆ ਰਹੀ ਹੈ ਕਿ ਸ਼ਾਹਦ ਖਕਾਨਵასი ਸਾਹਿਬ ਵੈਸੇ ਤੇ ਇਹ ਮੁਸਲਮਨ ਲੀਗ ਨੂ 1.5 ਸਾਲ ਤੋਂ ਛੱਡ ਚੁੱਕੇ ਨੇ ਜਦੋਂ ਦਾ ਇਹਨਾਂ ਨੂੰ ਉਹ ਵਜ਼ਾਰਤ-ਏ-ਉਸਮਾ ਨਾ ਦਿੱਤੀ ਗਈ ਸ਼ਬਾਸ਼ ਸ਼ਰੀਫ ਸਾਹਿਬ ਦੀ ਜਗ੍ਹਾ ਤੋਂ ਲੇਕਿਨ ਹੌਣ ਜਿਵੇਂ ਜਿਵੇਂ ਇਲੈਕਸ਼ਨ ਕਰੀਬ ਆ ਰਹੇ ਨੇ ਤੇ ਇਹ ਵੀ ਰੰਗ ਦੇ ਵਿੱਚ ਪੰਗ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਇਹਨਾਂ ਦੇ ਬਾਰੇ ਇਹ ਹੀ ਹੈ ਕਿ ਇਹ ਵੀ ਨੂਨ ਲੀਗ ਜਿਹੜੇ ਨੇ ਇਹ ਛੱਡਣ ਜਾ ਰਹੇ ਨੇ ਅਗਲੇ 2-4 ਦਿਨਾਂ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਤੇ ਮੇਰਾ ਅੰਦਾਜ਼ਾ ਤੇ ਬੜ ਚੌਧਰੀ ਨਸਾਰ ਹੋ ਗਿਆ ਜਵੇਦ ਆਸ਼ਮੀ ਹੋ ਗਿਆ ਇਸ ਤਰ੍ਹਾਂ ਦੇ ਜਿਹੜੇ ਕਈ ਕਿਰਦਾਰ ਨੇ ਉਹਨਾਂ ਵਰਗਾ ਇਹਨਾਂ ਦਾ ਇਹਨਾਂ ਦਾ ਹਸ਼ਰ ਹੋ ਜਾਣਾ ਹੈ ਇਹ ਇਹ ਸ਼ਾਹ ਖਕਾਨ ਅਬਾਸੀ ਸਾਹਿਬ ਦਾ ਠੀਕ ਹੋ ਗਿਆ ਨਾ ਤੇ ਬਹਰਲ ਜੀ ਉਹਨਾਂ ਦੀ ਆਪਣੀ ਮਰਜ਼ੀ ਹੈ ਜਿੱਥੇ ਮਰਜ਼ੀ ਹੋ ਜਾਣ ਇਹ ਜਿਹੜੀ ਗੱਲ ਜੇ ਤੋ ਬੰਦਾ ਇੱਕ ਵਜ਼ੀਰ ਆਜ਼ਮ ਰਹਿ ਚੁੱਕਿਆ ਹੁੰਦਾ ਤੇ ਫਿਰ ਉਸ ਤੋਂ ਬਾਅਦ ਉਹਦੀ ਕੋਈ ਖਾਸ ਤੇ ਰਹਿੰਦੀ ਨਹੀਂ ਤੇ ਬਹਰਲ ਸੋਚਦੇ ਤੇ ਹੋਵੋਗੇ ਕਿ ਵਜ਼ੀਰ ਆਜ਼ਮ ਤੁਹਾਨੂੰ ਨਵਾਜ਼ ਸ਼ਰੀਫ ਨੇ ਬਣਾਇਆ ਸੀ ਸ਼ਾਹ ਖਕਾਨ ਅਬਾਸੀ ਸਾਹਿਬ ਕੀ ਖਿਆਲ ਹੈ ਹੈ ਅੱਛਾ ਜੀ ਅੱਗੇ ਜਨਾਬ ਤੁਸੀਂ ਆ ਜਾਓ ਫੈਜ਼ ਅਮੀਦ ਦਾ ਬਿਆਨ ਜਿਹੜਾ ਉਹ ਉਹਦਾ ਬੜਾ ਰੌਲਾ ਜਿਹੜਾ ਨਾ ਏਪੇ ਆ ਫੈਜ਼ ਅਮੀਦ ਸਾਹਿਬ ਤੁਹਾਨੂੰ ਪਤਾ ਹੈ ਕਿ ਉਹਨਾਂ ਨੂੰ ਬੁਲਾ ਲਿਆ ਗਿਆ ਸ਼ੌਕਤ صدیਕੀ ਸਾਹਿਬ ਵਾਲੇ ਕੇਸ ਵਿੱਚ ਤੇ ਇਹਦੇ ਵਿੱਚ ਹੁਣ ਇਹ ਖਬਰ ਆ ਰਹੀ ਹੈ ਜੋ ਜ਼ਰਾਏ ਦਾਸਰੇ ਨੇ ਔਰ ਕੁਝ ਜਗ੍ਹਾ ਤੇ ਇਹ ਗੱਲ ਵੀ ਹੋ ਰਹੀ ਹੈ ਕਿ ਫੈਜ਼ ਅਮੀਦ ਸਾਹਿਬ ਜਿਹੜੇ ਨੇ ਇਹ ਬਿਆਨ ਆਪਣਾ ਹੁਣ ਬਦਲਣਗੇ ਕਿਉਂ ਕਿ ਇਹਨਾਂ ਤੇ ਇਲਜ਼ਾਮ ਹੈ ਕਿ ਇਹਨਾਂ ਸ਼ੌਕਤ صدیਕੀ ਨੂੰ ਕਿਹਾ ਅਗਰ ਤੁਸੀਂ ਨਵਾਜ਼ شریف ਸਾਹਿਬ ਔਰ ਮਰੀਮ ਨਵਾਜ਼ ਸਾਹਿਬ ਨੂੰ ਸਜ਼ਾ ਜਿਹੜੀ ਉਹ ਬਹਾਲ ਰੱਖਣੀ ਉਹਨਾਂ ਨੂੰ ਜ਼ਮਾਨਤ ਨਹੀਂ ਦੇਣੀ ਹੈ ਇਲੈਕਸ਼ਨ ਤੋਂ ਪਹਿਲੇ ਤੇ ਇਹ ਜਦੋਂ ਫੈਜ਼ ਅਮੀਦ ਸਾਹਿਬ ਕੋਲ ਗਿਆ ਜਾਂ ਕਿਸੇ ਨੂੰ ਉਹਨਾਂ ਨੇ ਦੱਸਿਆ ਪੁੱਛਿਆ ਜਾਂ ਕੋਈ ਰਾਬਤਾ ਸ਼ਾਪਤਾ ਕਿਧਰੇ ਹੋ ਗੱਲ ਜਿਹੜੀ ਇਹ ਹੋਈ ਹੈ ਤੇ ਉਹਨਾਂ ਦੇ ਬਾਰੇ ਇਹ ਖਿਆਲ ਆ ਰਿਹਾ ਹੈ ਜਾਂ ਖਬਰ ਆ ਰਹੀ ਹੈ ਕਿ ਉਹਨਾਂ ਨੇ ਵੀ ਆਪਣਾ ਆ ਕੇ ਇਹ ਸ਼ੌਕਤ صدیਕੀ ਸਾਹਿਬ ਦਾ ਜਿਹੜਾ ਬਿਆਨ ਹੈ ਨਾ ਉਹਦੇ ਉਹ ਦਾ ਉਲਟ ਜਿਹੜਾ ਉਹ ਚਲਣਾ ਤੇ ਉੱਥੇ ਉਹ ਦੱਸਣਾ ਜੀ ਮੈਂ ਤੇ ਮੁਲਾਜ਼ਮ ਸੀ ਛੋਟਾ ਅਫਸਰ ਸੀ ਮੈਂ ਤੇ ਫਲਾਣੇ ਨੇ ਕਿਹਾ ਮਤਲਬ ਉਹ ਕੈਨੜਾ ਕਹਿੰਦਾ ਕਿ ਉਹ ਇਹ ਕਹਿ ਸਕਦੇ ਨੇ ਜੀ ਮੈਨੂੰ ਤੇ ਮੇਰੇ ਅਫਸਰ ਵੱਡੇ ਅਫਸਰ ਨੇ ਕਿਹਾ ਤੇ ਉਹ ਵੱਡਾ ਅਫਸਰ ਜਿਹੜਾ ਉਹਨਾਂ ਦਾ ਨਾਮ ਸੀ ਨਵੀਦ ਮੁਖ्तार ਸਾਹਿਬ ਮੈਂ ਤੇ ਉਹਨਾਂ ਦੇ ਕੋਲ ਤੇ ਗਿਆ ਸੀ ਉਹ ਫਿਰ ਸੁਪਰੀਮ ਕੋਰਟ ਉਹਨਾਂ ਨੂੰ ਬੁਲਾਏਗੀ ਉਹ ਅੱਗੇ ਕਹਿ ਦੇਣਗੇ ਜੀ ਮੈਨੂੰ ਤੇ ਬਾਜਵਾ ਸਾਹਿਬ ਨੇ ਕਿਹਾ ਸੀ ਉਹ ਫਿਰ ਬਾਜਵਾ ਸਾਹਿਬ ਨੂੰ ਬੁਲਾਉਣਗੇ ਤੇ ਇਹ ਲੰਮਾ ਚੱਕਰ ਜਿਹੜਾ ਇਹ ਪੈਣਾ ਤੇ ਫੈਜ਼ ਅਮੀਦ ਸਾਹਿਬ ਨੇ ਇਹਨਾਂ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਨੀ ਹੈ ਔਰ ਬਚਨ ਦੀ ਕੋਸ਼ਿਸ਼ ਕਰਨੀ ਹੈ ਕਿ ਮੈਂ ਤੇ ਮਾਸੂਮ ਆ ਇਹ ਹੁਣ ਕੌਣ ਮਾਸੂਮ ਕੌਣ ਨਹੀਂ ਮਾਸੂਮ ਇਹ ਸੁਪਰੀਮ ਕੋਰਟ ਜਾਣੇ ਤੇ ਸ਼ੌਕਤ صدیقی ਸਾਹਿਬ ਜਾਣਨ ਤੇ ਫੈਜ਼ ਅਮੀਦ ਸਾਹਿਬ ਜਾਣਨ ਇਹ ਹੁਣ ਫੈਸਲਾ ਤੇ ਸੁਪਰੀਮ ਕੋਰਟ ਨਹੀਂ ਕਰਨਾ ਕਿ ਮਾਸੂਮ ਕੌਣ ਹੈ ਤੇ ਕਸੂਰਵਾਰ ਕੌਣ ਹੈ ਬਹਰਲ ਜੋ ਵੀ ਹੈ ਨਵਾਜ਼ ਸ਼ਰੀਫ ਨਾਲ ਬੇਇੰਤਹਾਜ਼ ਜ਼ੁਲਮ ਔਰ ਜ਼ਿਆਦਤੀ ਜਿਹੜੀ ਇਹ ਕੀਤੀ ਗਈ ਅਗੇ ਜਨਾਬ ਤੁਸੀਂ ਆ ਜੋ ਰਾਜਨਪੁਰ ਤੋਂ ਤਰੀਕੇ انصاف ਦਾ ਮੁਕੰਮਲ ਸਫਾਇਆ ਤੇ ਹਮਾਈਉ ਅਖਤਰਖਾਨ ਵੀ ਛੱਡ ਗਏ ਇਹ ਹੁਣ ਰਾਜਨਪੁਰ ਜਿਹੜਾ ਇਹ ਜ਼ਿਲ੍ਹਾ ਸਾਊਥ ਪੰਜਾਬ ਦੇ ਵਿੱਚ ਇਹਦੇ ਵਿੱਚੋਂ ਦਰੇਸ਼ਕ ਖਾਨਦਾਨ ਜਿਹੜਾ ਉਹਨਾਂ ਦੀਆਂ ਕੋਈ ਇੱਕ ਦੋ ਸੀਟਾਂ ਹੁੰਦੀਆਂ ਨੇ ਵੱਡਾ ਖਾਨਦਾਨ ਔਰ ਉਹ ਵੀ ਹਮੇਸ਼ਾ ਆਪਣੀਆਂ ਜਗ੍ਹਾ ਜਿਹੜੀਆਂ ਨੇ ਉਹ ਤਬਦੀਲ ਕਰਦੇ ਰਹਿੰਦੇ ਨੇ ਖਾਨਾ ਬਦੋਸ਼ ਨੇ ਸਿਆਸੀ ਖਾਨਾ ਬਦੋਸ਼ ਖਾਨਦਾਨ ਇਹ ਦਰੇਸ਼ਕ ਖਾਨਦਾਨ ਜਿਹੜਾ ਹੈ ਕਦੀ ਕਿਸੇ ਨਾਲ ਹੁੰਦਾ ਕਦੀ ਕਿਸੇ ਨਾਲ ਹੁੰਦਾ ਕਦੀ ਕਿਸੇ ਨਾਲ ਹੁੰਦਾ ਉਹਨਾਂ ਦਾ ਵੀ ਕੋਈ ਜਿਹੜਾ ਨਾ ਜਿਵੇਂ ਆਂਦੇ ਨਹੀਂ ਬਈ ਕੁਝ ਠਿਕਾਣਾ ਨਹੀਂ ਸਿਆਸੀ ਠਿਕਾਣਾ ਨਹੀਂ ਸਿਆਸੀ ਖਾਨਾ ਬਦੋਸ਼ ਨੇ ਤੇ ਇਹ ਨਸਰੁੱਲਾ ਦਰੇਸ਼ਕ ਸਾਹਿਬ ਉਹਨਾਂ ਦਾ ਸਾਰਾ ਬਾਲ ਬੱਚਾ ਜਿਹੜਾ ਇਹਨਾਂ ਵੀ ਤਰੀਕੇ ਇਨਸਾਫ ਦੇ ਵਿੱਚੋਂ ਆਪਣੇ ਆਪ ਨੂੰ ਕੱਢ ਲਿਆ ਔਰ ਤਰੀਕੇ ਇਨਸਾਫ ਛੱਡਣ ਦਾ ਐਲਾਨ ਕਰ ਦਿੱਤਾ ਔਰ ਰਾਜਨਪੁਰ ਦੇ ਵਿੱਚ ਆਖਰੀ ਰਸੂਮਾਤ ਤਰੀਕੇ ਇਨਸਾਫ ਦੀਆਂ ਜਿਹੜੀਆਂ ਨੇ ਉਹ ਅਦਾ ਕਰ ਦਿੱਤੀਆਂ ਨੇ ਇਹ ਦਰੇਸ਼ਕ ਜਿਹੜੀ ਫੈਮਿਲੀ ਹੈ ਨਸਰੁੱਲਾ ਦਰੇਸ਼ਕ ਔਰ ਉਹਦੇ ਜਿੰਨੇ ਵੀ ਮੁੰਡੇ ਨੇ ਜਿਹੜੇ ਇਲੈਕਸ਼ਨ ਲੁਕਸ਼ਨ ਲੜਦੇ ਨੇ ਉਹ ਇੱਕ ਮੁੰਡੇ ਤੇ ਬੜਾ ਤੱਤਾ ਸੀ ਮੇਰੇ ਖਿਆਲ ਦੇ ਮੁਤਾਬਕ ਉਹ ਸਾਡਾ ਐਫਸੀ ਕਾਲਜ ਦੀ ਕਲਾਸ ਫੈਲੋ ਸੀ ਐ ਇੱਕ ਸਾਲ ਸਾਡਾ ਤੋਂ ਜੂਨੀਅਰ ਸੀ ਅ ਅਲੀ ਦਰੇਸ਼ਕ ਮੇਰੇ ਖਿਆਲ ਨਾਲ ਉਹਦਾ ਨਾਮ ਹੈ ਹਾਂ ਇੱਕ ਸਾਲ ਜੂਨੀਅਰ ਸੀ ਮੇਰੇ ਖਿਆਲ ਨਾਲ ਮੇਰੇ ਤੋਂ ਹਾਂ ਅਲੀ ਦਰੇਸ਼ਕ ਤੇ ਉਹ ਬੜਿਆ ਖਾਨ ਸਾਹਿਬ ਦਾ دیਵਾਨਾ ਸੀ ਬਣ ਗਿਆ ਨਾ ਪਿਛਲੇ ਕੁਝ ਮਤਲਬ ਕੋਈ ਵਾਰਿਸ ਸ਼ਾਹ ਰਸ ਵੜ ਗਿਆ ਸੀ ਤੇ ਉਹ ਸਾਰਾ ਕੱਬਰ ਜਿਹੜਾ ਉਹ ਛੱਡ ਗਿਆ ਅ ਇਹ ਤਰੀਕੇ ਇਨਸਾਫ ਨੂੰ ਰਾਜਨਪੁਰ ਦੇ ਵਿੱਚੋਂ ਠੀਕ ਹੋ ਗਿਆ ਤੇ ਅੱਗੇ ਹੋਰ ਅਗਲੇ ਦਿਨਾਂ ਦੇ ਵਿੱਚ ਤੁਹਾਨੂੰ ਬਹੁਤ ਸਾਰਾ ਕੁਝ ਮਿਲੇਗਾ ਤੇ ਹਮਾਈਓ ਅਖਤਰ ਖਾਨ ਲਾਹੌਰ ਤੋਂ ਇਹ ਵੀ ਤਰੀਕੇ ਨਾਲ ਸਾਫ ਛੱਡ ਕੇ ਤੇ ਇਸਤਕਾਮ ਪਾਰਟੀ ਨੂੰ ਪਿਆਰੇ ਹੋ ਗਏ ਨੇ ਔਰ ਸੀਨੀਅਰ ਨਾਇਬ ਸਦਰ ਜਿਹੜਾ ਹੈ ਨਾ ਇਹਨਾਂ ਨੂੰ ਬਣਾ ਦਿੱਤਾ ਗਿਆ ਇਸਤਕਾਮ ਪਾਰਟੀ ਦਾ ਤੇ ਹਮਾਇਉ ਅਖਤਰ ਖਾਨ ਸਾਹਿਬ ਜਿਹੜੇ ਨੇ ਇਹ ਮੇਰੇ ਖਿਆਲ ਦੇ ਮੁਤਾਬਕ ਕਜ਼ਨ ਨੇ ਜਹਾਂਗੀਰ ਤਰੀਨ ਸਾਹਿਬ ਦੇ ਤੇ ਉਹ ਆਪਣੇ ਫੈਮਲੀ ਦੇ ਨਾਲ ਹੀ ਉਹਨਾਂ ਨੇ ਆਪਣਾ ਗੱਠ ਜੋੜ ਜਿਹੜਾ ਉਹ ਕਰ ਰਿਹਾ ਤੇ ਲਾਹੌਰ ਡਿਫੈਂਸ ਤੋਂ ਇਹਨਾਂ ਇਲੈਕਸ਼ਨ ਵੀ ਲੜਿਆ ਸੀ ਖਾਜਾ ਸਾਦ ਰਫੀਕ ਦੇ ਖਿਲਾਫ ਤੇ ਔਰ ਫਿਰ ਚੰਗੀ ਲੀਡ ਤੋਂ ਇਹ ਹਾਰੇ ਵੀ ਸਨ ਤੇ ਇਹ ਵੀ ਇਸਤਕਾਮ ਨੂੰ ਜਿਹੜਾ ਨਾ ਉਹ ਪਿਆਰੇ ਹੋ ਚੁੱਕੇ ਨੇ ਤੇ ওভারਸੀਜ਼ ਯੂਥੀਆਂ ਨੂੰ ਨਿਆਜ਼ੀ ਨੇ ਤਲਾਕ ਦੇ ਦਿੱਤੀ ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਏ ਹੁਣ ਸੁਣਾਓ ਫੇਰ ওভারਸੀਜ਼ ਯੂਥਿਓ ਪਾਂਡੇ ਜੀ ਕੀ ਕਹ ਰਹੇ ਨੇ ਬਹੁਤ ਸ਼ੁਕਰੀਆ